ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਇਕੱਤਰ ਹੋਏ ਸੀਗੇ ਕਿ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਜਿਵੇਂ ਕਿ ਵਕੀਲ ਸਾਹਿਬ ਨੇ ਦੱਸਿਆ ਕਿ ਤਕਰੀਬਨ 9 ਬੰਦੀ ਸਿੰਘ ਹੈਗੇ ਆ ਜਿਨ੍ਹਾਂ ਨੇ 25-25 ਸਾਲਾਂ ਤੋਂ ਵੀ ਵੱਧ ਸਮਾਂ ਜੇਲ੍ਹਾਂ 'ਚ ਗੁਜ਼ਾਰ ਲਿਆ ਹੈਗਾ। ਆਮ ਤੌਰ 'ਤੇ ਟਾਡਾ ਕੇਸਾਂ 'ਚ ਵੀ 14 ਸਾਲ ਤੋਂ ਬਾਅਦ ਰਿਹਾਈ ਹੁੰਦੀ ਹੈਗੀ ਆ, ਪਰ ਇਹਨਾਂ ਨੇ ਬਹੁਤ ਜ਼ਿਆਦਾ ਸਮਾਂ ਗੁਜ਼ਾਰ ਚੁੱਕੇ ਆ। ਅਤੇ ਇਹਨਾਂ 'ਚੋਂ ਖਾਸ ਕਰਕੇ ਜਿਵੇਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਹੈਗੇ ਆ, ਜਿਨ੍ਹਾਂ ਦੀ ਰਿਹਾਈ ਕੇਂਦਰ ਸਰਕਾਰ ਵੱਲੋਂ, ਹੋਮ ਮਿਨਿਸਟਰੀ ਵੱਲੋਂ, ਸਭ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੋ ਚੁੱਕੀ ਹੈ, ਪਰ ਸਿਰਫ ਦਿੱਲੀ ਸਰਕਾਰ ਜਿਹੜਾ ਕਿ ਕੇਜਰੀਵਾਲ ਸਰਕਾਰ ਨੇ ਹੀ ਕਰਨੀ ਹੈਗੀ ਆ। ਅਤੇ ਹੁਣ ਉਹਨਾਂ ਨੇ ਇੱਕ ਪ੍ਰਵਾਨਾ ਹੀ ਸਾਈਨ ਕਰਨਾ ਹੈ, ਅਤੇ ਉਹਨਾਂ ਤਾਂ ਕਿ ਉਹ ਜਲਦੀ ਤੋਂ, ਜੇ ਉਹ ਹੋ ਜਾਂਦਾ ਤਾਂ ਉਹ ਜਲਦੀ ਤੋਂ ਜਲਦੀ ਘਰ ਆ ਸਕਦੇ ਹੈਗੇ ਆ। ਅਤੇ ਇਸ ਤਹਿਤ 26 ਤਰੀਕ ਨੂੰ ਸਮੂਹ ਸੰਗਤਾਂ ਵੱਲੋਂ ਅਰਦਾਸ ਦੀ ਅਸੀਂ ਆਪਣਾ ਕਾਲ ਦਿੱਤੀ ਹੈਗੀ ਹੈ ਕਿ ਵੀ ਸਾਰੀ ਜਗ੍ਹਾ 'ਤੇ, ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਸਿੱਖ ਬੈਠੇ ਆ, ਉਹ ਅਰਦਾਸ ਕਰਨ ਕਿ ਇਹ ਸਾਰੇ ਦੇ ਸਾਰੇ ਬੰਦੀ ਸਿੰਘ ਜਲਦੀ ਤੋਂ ਜਲਦੀ ਆਪਦੇ ਘਰਾਂ ਨੂੰ ਆਉਣ, ਕਿਉਂਕਿ ਇਹ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਜਾਂ ਜੋ ਕੁਛ ਵੀ ਇਹਨਾਂ ਨੇ ਕੀਤਾ, ਇਹ ਪੰਥ ਵਾਸਤੇ ਕੀਤਾ, ਤਾਂ ਕਿਸੇ ਇੱਕ ਖਾਸ ਜਥੇਬੰਦੀ ਜਾਂ ਕਿਸੇ ਇੱਕ ਖਾਸ ਕੁਛ ਖਾਸ ਲੋਕਾਂ ਦਾ ਇਹ ਉਪਰਾਲਾ ਨਹੀਂ ਹੋਣਾ ਚਾਹੀਦਾ। ਇਹਨਾਂ ਦੀ ਰਿਹਾਈ ਵਾਸਤੇ ਆਪਾਂ ਨੂੰ ਸਾਰਿਆਂ ਨੂੰ, ਪੰਥ ਨੂੰ ਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ, ਜਾਂ ਜਿਹੜੇ ਵੀ ਲੋਕ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਸਭ ਕਰਦੇ ਆ, ਉਹਨਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ। ਅਤੇ ਅਸੀਂ ਇਹ ਤੁਹਾਨੂੰ ਅਪੀਲ ਕਰਦੇ ਹਾਂ ਕਿ 26 ਤਰੀਕ ਨੂੰ ਆਪਾਂ ਜਿੱਥੇ ਵੀ ਤੁਸੀਂ ਹੈਗੇ ਹੋ, ਜਿਹੜੇ ਵੀ ਗੁਰੂ ਘਰ 'ਚ ਪੋਸੀਬਲ ਹੈਗਾ ਤੁਹਾਡੇ ਵਾਸਤੇ, ਤੁਸੀਂ ਅਰਦਾਸ ਕਰੋ ਤਾਂ ਕਿ ਇਹ ਸਿੰਘ ਆਪਦੇ ਘਰ ਆਉਣ। ਅਤੇ ਹੋਰ ਵੀ ਜਿੱਥੇ ਵੀ ਜੋ ਵੀ ਤੁਸੀਂ ਇਹਦੇ ਵਾਸਤੇ ਐਫਰਟ ਕਰ ਸਕਦੇ ਹੋ, ਕਿਉਂਕਿ ਇਹ ਕਿਸੇ ਇੱਕ ਵਿਅਕਤੀ ਦਾ ਜਾਂ ਇੱਕ ਸੰਸਥਾ ਦਾ ਕਾਰਜ ਨਹੀਂ ਗਾ, ਇਹ ਸਾਨੂੰ ਸਭ ਨੂੰ ਸਮੂਹ, ਜਿੰਨਾ ਕੁ ਵੀ ਅਸੀਂ ਇਹਦੇ 'ਚ ਯੋਗਦਾਨ ਪਾ ਸਕਦੇ ਹਾਂ, ਸਾਨੂੰ ਇਹਨਾਂ ਦੀ ਰਿਹਾਈ ਵਾਸਤੇ ਕੋਈ ਨਾ ਕੋਈ ਕਦਮ ਚੱਕਣੇ ਚਾਹੀਦੇ ਆ, ਚਾਹੇ ਉਹ ਪਬਲਿਕ ਓਪੀਨੀਅਨ ਆ, ਚਾਹੇ ਉਹ ਕੋਈ ਰਾਜਨੀਤਿਕ ਗੱਲਬਾਤ ਆ, ਜਾਂ ਜੋ ਵੀ ਆਪਾਂ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ। ਅਤੇ 26 ਤਰੀਕ ਯਾਦ ਰੱਖਿਓ, 26 ਤਰੀਕ ਨੂੰ ਆਪਾਂ ਜਿੱਥੇ ਵੀ ਪੋਸੀਬਲ ਹੋਵੇ, ਜਿਸ ਗੁਰੂ ਘਰ 'ਚ ਵੀ ਪੋਸੀਬਲ ਹੋਵੇ, ਆਪਾਂ ਅਰਦਾਸ ਕਰੀਏ ਤਾਂ ਕਿ ਇਹਨਾਂ ਦੀ ਜਲਦ ਤੋਂ ਜਲਦ ਰਿਹਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ